ਅਨ ਡਾਕਟਰ ਸੁਭਮਨ ਸਿੰਘ ਖੁਰਾਨੇ ਅਮਰੀਕਾ ਤੋਂ ਜਾ ਕੇ ਆਪਣੀ ਨੌਕਰੀ ਛੱਡ ਕੇ ਜਦੋਂ ਕਿਸਾਨ ਅੰਦੋਲਨ ਪੂਰੇ ਜ਼ੋਰਾਂ ਤੇ ਸੀ ਉਥੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਇਨਸਪੀਰੇਸ਼ਨ ਆ ਉਹ ਸਾਡੇ ਇਤਿਹਾਸ ਚ ਆਉਂਦੀ ਆ ਭਾਈ ਕਨੇ ਆ ਜੀ ਜਾਂ ਸਾਡੇ ਸਹਬਜ਼ਾਦੇ ਜਾਂ ਸਾਡੇ ਗੁਰੂਆਂ ਤੋਂ ਹਿਊਮੈਨਿਟਰੀਅਨ ਕ੍ਰਾਈਸਿਸ ਯਾ ਯੂ نو ਮੇਰੇ ਲੋਕ ਜੇ ਮੈਂ ਡਾਕਟਰ ਨਾ ਹੁੰਦਾ ਮੈਂ ਕਦੀ ਪੰਜਾਬ ਨਾ ਛੱਡਿਆ ਹੁੰਦਾ ਹੋ ਸਕਦਾ ਮੇਰੇ ਵੱਡੇ ਵੱਡੇ ਰਵੇ ਇੰਨਾ ਚ ਹੀ ਹੁੰਨੇ ਸੀ ਸੋ ਹੱਕ ਇਹ ਨਾਲ ਯੂ نو ਆਪਣੇ ਲੋਕਾਂ ਨੂੰ ਕਿੱਦਾਂ ਛੱਡ ਛੱਡ ਸਕਦਾ ਕਿਹੜੇ ਮੁਹ ਨਾ ਛੱਡੋਗੇ ਔਰ ਐਜ਼ ਅ ਡਾਕਟਰ ਅਸੀਂ ਇੱਕ ਦਿਨ ਮੈਨੂੰ ਯਾਦ ਆ ਅਸੀਂ 6 ਲੋਕ 6 ਕਿਸਾਨ ਸ਼ਹੀਦ ਹੋਏ ਸੀ ਇੱਕੋ ਦਿਨ ਅੱਛਾ ਔਰ ਇਹ ਮਨ ਲਤਾ ਸਤੰਬਰ ਅਕਤੂਬਰ ਦੀ ਗੱਲ ਆ ਤੇ ਤੁਸੀਂ ਉੱਚੋ ਤੁਹਾਡੇ ਤੇ ਕੀ ਬੀਜਦੀ ਹੋਗੀ ਜਦੋਂ ਤੁਸੀਂ ਇੱਕ ਕਿਸਾਨ ਦੂਜੇ ਤੋਂ ਜਾਂਦੇ ਜੋ ਤੀਜੇ ਨੂੰ ਜਾ ਕੇ ਕਹਿੰਦੇ ਕਿ ਇਹ ਨਹੀਂ ਰਹਿ ਚੌਥੇ ਪੰਜਵੇਂ ਛੇਵੇਂ ਅਕਾਸੀ ਅੰਦੋਲਨ ਦੇਖੋ ਪੰਜਾਬ ਤੋਂ ਬਾਹਰ ਹੋਇਆ ਅੰਦੋਲਨ ਜਿੱਤਿਆ ਕੋਈ ਛੋਟੀ ਗੱਲ ਨਹੀਂ ਇਕੱਠੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕਿਸਾਨਾਂ ਨੇ ਕੋਈ ਐਸੇ ਲੋਕ ਜਿਹੜੇ ਕਿਸੇ ਵੀ ਤੁਹਾਨੂੰ ਤੇ ਵਿਸ਼ਵਾਸ ਨਹੀਂ ਕਰਦੇ ਹੋਣਗੇ ਉਹਨਾਂ ਨੇ ਵੀ ਜਿਹੜੇ ਕੁਝ ਆਪਣੀ ਸੋਚ ਰੱਖਦੇ ਹੋਣਗੇ ਉਹਨਾਂ ਨੇ ਵੀ ਇਕੱਠੇ ਹੋ ਕੇ ਇਹ ਵੱਡਾ ਅੰਦੋਲਨ ਇੱਕ ਹਿਸਟੋਰੀਕਲ ਅੰਦੋਲਨ ਔਰ ਕਿੱਦਾਂ ਜਿੱਤਿਆ ਉਸਾਰੀ ਦੁਨੀਆ ਦੀ ਲਈ ਮਿਸਾਲ ਹੈ ਪਰ ਡਾਕਟਰ ਸਾਹਿਬ ਗੱਲ ਸਿਰਫ ਮੈਡੀਕਲ ਪ੍ਰੈਕਟਿਸ ਤੱਕ ਸੀਮਿਤ ਨਹੀਂ ਰਹੀ ਮੈਂ ਸਮਝਦਾ ਕਿ ਤੁਸੀਂ ਜਿਹੜੇ ਗਟਰ ਸਾਫ ਕਰਨ ਲੱਗ ਪਏ ਸੀ ਪਲੱਗ ਹੋਏ ਗਟਰਸਾਂ ਉੱਥੇ ਬਹੁਤ ਬਦਬੂ ਆਉਂਦੀ ਸੀ ਉਹ ਕੀ ਸੀ ਕਿੰਨੇ ਦਿਨ ਲੱਗੇ ਉੱਥੇ ਤੁਸੀਂ ਸ਼ਾਮਿਲ ਹੋ ਦਹਰਜਿੰਦਰ ਸਿੰਘ ਸ਼ੋ ਵਿੱਚ ਡਾਕਟਰ ਸੁਵਮਨ ਸਿੰਘ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨੇ ਡਾਕਟਰ ਬਰੇ ਮਿਰਖੇਲਮ ਨੂੰ ਜ਼ਿਆਦਾ ਤੌਰ 'ਤੇ ਤਾਰਫ ਦੇਣ ਦੀ ਜ਼ਰੂਰਤ ਨਹੀਂ ਤੁਸੀਂ ਪਹਿਲੀ ਪਾਂਤੋਂ ਉਨਾਂ ਬਾਰੇ ਜਾਣਦੇ ਹੋ ਇੱਕ ਆਈਕਨ ਨੇ ਅਨ ਡਾਕਟਰ ਸੁਭਮਨ ਸਿੰਘ ਖੁਰਾ ਨੇ ਅਮਰੀਕਾ ਤੋਂ ਜਾ ਕੇ ਆਪਣੀ ਨੌਕਰੀ ਛੱਡ ਕੇ ਜਦੋਂ ਕਿਸਾਨ ਅੰਦੋਲਨ ਪੂਰੇ ਜ਼ੋਰਾਂ ਤੇ ਸੀ ਉਥੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਥੇ ਉਹਨਾਂ ਦੀ ਦਵਾਈ ਬਿਊਟੀ ਕੀਤੀ ਔਰ ਉਸ ਤੋਂ ਬਾਅਦ ਬੇਸ਼ੱਕ ਉਹ ਥੋੜੇ ਸਮੇਂ ਲਈ ਗਏ ਸਨ ਔਰ ਉਹ ਉਥੇ ਇਹਨੇ ਰਚਮਿਚ ਗਏ ਉਹ ਇਹਨੇ ਇਨਵੋਲਵ ਹੋ ਗਏ ਔਰ ਉਸ ਤੋਂ ਬਾਅਦ ਉਥੋਂ ਕਾਫੀ ਦੇਰ ਪਰਤੇ ਨਹੀਂ ਤੇ ਹੁਣ ਉਹ ਪਰਤੇ ਨੇ ਆ ਇਥੇ ਕਾਫੀ ਹਾਲਾਤ ਬਦਲ ਚੁੱਕੇ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਡਾਕਟਰ ਸਾਹਿਬ ਇੱਕ ਹਸਪਤਲ ਦੇ ਵਿੱਚ ਮੈਡੀਸਨ ਪ੍ਰੈਕਟਿਸ ਕਰਦੇ ਨੇ ਕਰਦੇ ਸੀ ਤੇ ਹੁਣ ਵੀ ਕਰਦੇ ਨੇ ਲੇਕਿਨ ਕੁਝ ਤਬਦੀਲੀਆਂ ਆਈਆਂ ਨੇ ਇਹਨੂੰ ਤੁਸੀਂ ਸੈਕਰੀਫਾਈਸ ਕਹੋ ਜਾਂ ਕੁਰਬਾਨੀ ਕਹੋ ਜੋ ਮਰਜ਼ੀ ਕਹੋ ਲੇਕਿਨ ਡਾਕਟਰ ਸਾਹਿਬ ਨੂੰ ਇਸ ਦੀ ਕੀਮਤ ਵੀ ਅਦਾ ਕਰਨੀ ਪਈ ਹੈ ਅੱਜ ਡਾਕਟਰ ਸੁਭਮਨ ਸਾਹਿਬ ਨਾਲ ਇਹ ਗੱਲਬਾਤ ਸੁਭਮਨ ਸਿੰਘ ਜੀ ਨਾਲ ਗੱਲਬਾਤ ਹੋਵੇਗੀ ਡਾਕਟਰ ਸਾਹਿਬ ਜੀ ਨੂੰ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਅੱਛਾ ਤੁਹਾਡੇ ਕਿਵੇਂ ਮਨ ਚਾਇਆ ਕਿਸ ਚੀਜ਼ ਤੋਂ ਇਨਸਪਾਇਰ ਹੋਏ ਜਦੋਂ ਤੁਸੀਂ ਇੱਥੋਂ ਆਪਣੀ ਮੈਡੀਕਲ ਦਾ ਕਿੱਤਾ ਛੱਡ ਕੇ ਪੰਜਾਬ ਦੇ ਸਿੰਘੂ ਬਾਰਡਰ ਤੇ ਜਾ ਬੈਠੇ ਆਈ ਥਿੰਕ ਜਿਹੜੀ ਇਨਸਪੀਰੇਸ਼ਨ ਆ ਉਹ ਸਾਡੇ ਇਤਿਹਾਸ ਚੋਂ ਆਉਂਦੀ ਆ ਭਾਈ ਕਨੇ ਆ ਜੀ ਜਾਂ ਸਾਡੇ ਸਹਿਬਜ਼ਾਦੇ ਜਾਂ ਸਾਡੇ ਗੁਰੂਆਂ ਤੋਂ ਸਾਡੇ ਸ਼ਹੀਦਾਂ ਤੋਂ ਗਦਰ ਪਾਰਟੀ ਤੋਂ ਤੁਸੀਂ ਤੇ ਇੱਥੇ ਗਾੜੋ ਕਾਮਗਾਟਾ ਮਾਰੂ ਦੀ ਜਿਹੜੀ ਸ਼ਿਪ ਸੀ ਅਸੀਂ ਉੱਥੋਂ ਗਿਆਏ ਉਹ ਜਿਹੜਾ ਸਾਡੇ ਨਾਲ ਹੋਇਆ ਤੇ ਜਿਹਦੇ ਕਰਕੇ ਅੱਜ ਅਸੀਂ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਆ ਉਹ ਜਿਹੜੀ ਮਾਨ ਤੇ ਤਾਣ ਆ ਉਹ ਚੀਜ਼ ਤੁਹਾਨੂੰ ਫੋਰਸ ਕਰਦੀ ਆ ਕਿ ਬਈ ਤੁਹਾਡੀ ਜਿਹੜੀ ਜਿਹੜੀ ਆਕੜ ਆ ਤੁਹਾਡੀ ਅਣਖ ਆ ਉਹ ਇਦਾਂ ਹੀ ਇਦਾਂ ਹੀ ਬਰਕਰਾਰ ਰਵੇ ਉਹਦੇ ਲਈ ਤੁਹਾਡੇ ਲਈ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿ ਕਿਤੇ ਵੀ ਤੁਹਾਨੂੰ ਚੈਲੰਜ ਹੁੰਦਾ ਤੁਹਾਡੀ ਪੱਗ ਨੂੰ ਚੈਲੰਜ ਹੁੰਦਾ ਤੇ ਆਪਾਂ ਸਾਰੇ ਰਲ ਮਿਲ ਕੇ ਉੱਥੇ ਜਾਈਏ ਉੱਥੇ ਲੜੀਏ ਸੋ ਆਈ ਥਿੰਕ ਇਟ ਵਾਸ ਵਨ ਆਫ ਦੋਸ ਟਾਈਮਸ ਹੈ ਨਾ ਉਹ ਜਿਹੜਾ ਟਾਈਮ ਸੀ ਕਿ ਲੱਗਦਾ ਸੀ ਯਾਰ ਇੱਥੇ ਕੁਝ ਗਲਤ ਨਾ ਹੋ ਜਾਏ 84 ਅਸੀਂ ਸਾਡੀ ਸਾਡੀ ਸਦਾ ਹੀ ਅੱਖਾਂ ਚਾਉਂਦਾ ਕਿ ਹਾਂ 84 ਕਿ ਇਹੋ ਜੀ ਚੀਜ਼ ਨਾ ਕਿ ਇੱਥੇ ਵਾਪਰ ਜੇ ਲੋਕ ਆਪਣੇ ਘਰਾਂ ਤੋਂ ਦੂਰ ਆ ਫਰਸਟ ਟਾਈਮ ਕੋਈ ਐਸਾ ਅੰਦੋਲਨ ਹੋਗਾ ਜਿਹੜਾ ਪੰਜਾਬ ਤੋਂ ਬਾਹਰ ਲੜਿਆ ਗਿਆ ਜਿਹੜਾ ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਜਾ ਕੇ ਲੜਿਆ ਬਿਲਕੁਲ ਔਰ ਜਿਹੜਾ ਪਾਣੀ ਦੀਆਂ ਬਿਛਾੜਾਂ ਸਰਦੀਆਂ ਵਿੱਚ ਤੁਸੀਂ ਸੋਚੋ ਕਿਸੇ ਦੇ ਉੱਪਰ ਠੰਡਾ ਪਾਣੀ ਜਿਹੜਾ ਜਿਹੜਾ ਸੁੱਟਣਾ ਉਹ ਕਿੰਨਾ ਖਤਰਨਾਕ ਹੋ ਸਕਦਾ ਸੋ ਉਹ ਚੀਜ਼ਾਂ ਜਦੋਂ ਦਿਮਾਗ ਚ ਆਈਆਂ ਇੱਕ ਕੋਵਿਡ ਦਾ ਟਾਈਮ ਸੀ ਕੋਵਿਡ ਦਾ ਸਾਨੂੰ ਪਤਾ ਹੀ ਆ ਉਦੋਂ ਕਿੰਨਾ ਡਰ ਲੋਕਾਂ ਚੱਲੰਦਿਆ ਸੀ ਲੱਖਾਂ ਲੋਕ ਇਕੱਠੇ ਹੁੰਦੇ ਆ ਬਜ਼ੁਰਗੀਆਂ ਕੋ ਕੋਵਿਡ ਹੋ ਜਾਂਦਾ ਉਥੇ ਕੋਵਿਡ ਦਾ ਬਹੁਤ ਖਤਰਾ ਯੂ ਨੋ ਖਤਰਾ ਸੀ ਸੋ ਚੀਜ਼ ਜਦੋਂ ਦਿਮਾਗ ਚ ਆਉਂਦੀ ਆ ਸੀ ਫਿਰ ਸੋਚਿਆ ਯਾਰ ਇੱਥੇ ਤੇ ਬੜੇ ਡਾਕਟਰ ਆ ਇੱਥੇ ਤੇ ਸਾਰੇ ਠੀਕ ਆ ਇੰਨੀ ਵੀ ਕੋਈ ਗੱਲ ਨਹੀਂ ਕਿ ਮੈਂ ਜੇ ਇੱਥੋਂ ਚਲ ਵੀ ਜਾਣਾ ਤੇ ਲੋਕ ਹੈਂਡਲ ਕਰ ਪਾਉਣਗੇ ਸੋ ਥੋੜੀ ਦੇਰ ਲਈ ਜਾ ਕੇ ਉਥੇ ਕਲੀਨਿਕ ਸੈਟ ਅਪ ਕਰ ਆਉਂਦੇ ਆ ਤੇ ਬਾਕੀ ਇੰਨਾ ਵੀ ਯਕੀਨ ਹੀ ਕੀ ਸਰਕਾਰਾਂ ਇੰਨਾ ਲੰਬਾ ਨਹੀਂ ਖਿੱਚਣਗੀਆਂ ਯਾਰ ਇੰਨੇ ਲੋਕ ਆ ਪਾਣੀ ਨਹੀਂ ਹੋਣਾ ਉਥੇ ਬਾਥਰੂਮ ਨਹੀਂ ਹੋਣਾ ਕਿੰਨਾ ਕਰ ਲੈਣਗੇ ਸੋ ਆਹ ਜੀ ਉਮੀਦ ਨਾਲ ਲੱਗ ਗਿਆ ਕਿ 5-10 ਦਿਨਾਂ ਦੀ ਖੇਡ ਹੁਣੀ ਆ ਕਾਰਕਰਕੇ ਦੇ ਆਪਣਾ ਵਾਪਸ ਆ ਜਾਗੇ ਜੀ ਡਾਕਟਰ ਸਾਹਿਬ ਇੱਥੇ ਤੁਸੀਂ ਹਾਰਟ ਸਪੈਸ਼ਲਿਸਟ ਹੋ ਕਾਰਡੀਓਲੋਜਿਸਟ ਹੋ ਜੀ ਪਰ ਇੱਕ ਇਸ ਹਸਪੀਟਲ ਚ ਕਿਹੜੇ ਹਾਂ ਜੀ ਮੈਂ ਨਿਊ ਜਰਸੀ ਵਿੱਚ ਸਾਂ ਨਿਊ ਵਰਕ ਬਾਥਿਸਰਾ ਅਮਰੀਕਾ ਸੈਂਟਰ ਪਰ ਪਿਛਲੀ ਅਪ੍ਰੈਲ ਮੈਨੂੰ ਬੇਸਿਕਲੀ ਉਹ ਜੌਬ ਮੈਂ ਜ਼ਿਆਦਾ ਕਿਆ ਨਹੀਂ ਕਦੀ ਕਿ ਇਹ ਚੀਜ਼ਾਂ ਹੋਰ ਤਰ੍ਹਾਂ ਲੱਗਦੀਆਂ ਬਟ ਬੇਸਿਕਲੀ ਆਈ ਹੈਡ ਟੂ ਲੂਜ਼ ਮਾਈ ਜੌਬ ਹਾਂ ਮੈਂ ਉਹ ਤੋਂ ਕੱਢਿਆ ਗਿਆ ਸਾਂ ਕਿਉਂਕਿ ਜਦੋਂ ਇਨੀ ਧੇਰ ਤੁਸੀਂ ਜਾਂਦੇ ਹੋ ਤੁਹਾਨੂੰ ਇੱਕ ਦੱਸਿਆ ਗਿਆ ਸੀ ਕਿ ਬਈ ਤੂੰ ਜਾ ਤੇ ਵਾਪਸ ਆ ਜਾ ਜਾਂ ਨਵੀਂ ਜੌਬ ਲੱਭ ਲਿਓ ਹਨਾ that type of thing ਕਿ ਆ ਕੇ ਗੱਲ ਕਰਾਂਗੇ ਫਿਰ ਮੈਂ ਕਿਹਾ ਕਿ ਚਲੋ ਠੀਕ ਹੈ that's fine ਕਿ ਐਸ ਵੇਲੇ ਮੈਂ ਜਿਹੜੀ ਸਿਚੁਏਸ਼ਨ ਮੇਰੀ ਬਣੀ ਹੋਈ ਆ ਕਿ ਇਹ ਐ ਸਿਚੁਏਸ਼ਨ ਬੜੀ ਔਖੀ ਆ ਔਰ ਮੈਂ ਹੋ ਗਿਆ ਇਦਾਂ ਹੀ ਕਿਹਾ ਕਿ ਆਪਣੇ ਮੇਰੇ ਲਈ ਇੱਥੋਂ ਆਉਣਾ ਬਹੁਤ ਔਖਾ ਹੈ ਕਿ ਮੈਂ ਹਿਮੈਨਿਟਰੀਅਨ ਕ੍ਰਾਈਸਿਸ ਆ ਲਾਈਕ ਯੂ نو ਮੇਰੇ ਲੋਕ ਜੇ ਮੈਂ ਡਾਕਟਰ ਨਾ ਹੁੰਦਾ ਮੈਂ ਕਦੀ ਪੰਜਾਬ ਨਾ ਛੱਡਿਆ ਹੁੰਦਾ ਹੋ ਸਕਦਾ ਮੇਰੇ ਵੱਡੇ ਵੱਡੇ ਰਿਵੇ ਇੰਨਾ ਚੀ ਹੁੰਨੇ ਸੀ ਸੋ ਹੱਕ ਇਹ ਨਾਲ ਯੂ نو ਆਪਣੇ ਲੋਕਾਂ ਨੂੰ ਕਿੱਦਾਂ ਛੱਡ ਛੱਡ ਸਕਦਾ ਕਿਹੜੇ ਮੂੰਹ ਨਾ ਛੱਡੋਗੇ ਔਰ ਐਜ਼ ਅ ਡਾਕਟਰ ਜਿੱਤੇ ਤੁਹਾਨੂੰ ਪਤਾ ਵਾ ਕਿ ਤੁਹਾਡੀ ਇੱਥੇ ਇੰਨੀ ਲੋੜ ਆ ਤੁਸੀਂ ਕਿੱਦਾਂ ਛੱਡ ਸਕਦੇ ਸੋ ਉਹ ਮੈਦਾਨ ਛੱਡ ਨਹੀਂ ਸਕਦਾ ਸਾਂ ਸੋ ਇਟਸ ਓਕੇ ਸਮਾਲ ਥਿੰਗ ਹੈ ਨਾ ਜਵਾਬਾਂ ਤੇ ਕੋਈ ਨਹੀਂ ਆਉਂਦੀ ਜਾਂਦੀ ਰਹਿੰਦੀ ਕਿਉਂਕਿ ਤੁਸੀਂ ਡਾਕਟਰ ਜਿਹੜੀ ਇੱਥੇ ਕਲੀਨਿਕ ਚਲਾਈ ਤੁਸੀਂ ਉਹਦਾ ਸਾਰਾ ਹਿਸਾਬ-ਕਿਤਾਬ ਵੀ ਰੱਖਿਆ ਕਿੰਨੇ ਮਰੀਜ਼ ਆਉਂਦੇ ਆ ਕੀ ਦਵਾਈ ਦਿੱਤੀ ਆ ਕਿੰਨੇ ਕੁ ਮਰੀਜ਼ ਜਿਹੜੇ ਸੀ ਤੁਸੀਂ ਉਹ ਵੇਖ ਸਕਿਓ ਹਾਂਜੀ ਸਾਡਾ ਸੋ ਲੱਕਲੀ ਸਾਡੀ ਜਿਹੜੀ 13 ਮਹੀਨਿਆਂ ਦੀ ਸਰਵਿਸ ਸੀ ਉਹਦੇ ਵਿੱਚ ਸਾਡੇ 1000 ਪਲੱਸ ਡਾਕਟਰਸ ਨੇ ਕੰਮ ਕੀਤਾ ਵੱਡੀ ਵੱਡੀ ਚੀਜ਼ ਇਹ ਆ ਮੈਂ ਜਿਹੜੀ ਕਹੂੰਗਾ ਕਿ ਇੰਨੇ ਇਕੱਲਾ ਮੈਂ ਇੱਕ ਨਹੀਂ ਕਹੂੰਗਾ ਕਿਸੇ ਨੇ ਇੱਕ ਹਫ਼ਤਾ ਕੀਤਾ ਕਿਸੇ ਨੇ ਇੱਕ ਦਿਨ ਕੀਤਾ ਕਿਸੇ ਨੇ ਦੋ ਦਿਨ ਕੀਤਾ ਕਿਸੇ ਨੇ ਕੁਝ ਘੰਟੇ ਕੀਤਾ ਕਿਸੇ ਨੇ ਕੁਝ ਮਹੀਨੇ ਕੀਤਾ ਕਿਸੇ ਨੇ 10 ਮਹੀਨੇ ਕੀਤਾ ਬਟ ਓਵਰ 13 ਮਹੀਨਿਆਂ ਦੇ ਵਿੱਚ ਹਜ਼ਾਰ ਡਾਕਟਰ ਤੋਂ ਵੱਧ ਡਾਕਟਰ ਸਾਡੇ ਉੱਥੋਂ ਹੋ ਗਏ ਗਿਆ ਤੇ ਇੱਕ ਲੱਖ ਤੋਂ ਵੱਧ ਪੇਸ਼ੈਂਟ ਮਰੀਜ਼ ਜਿਹੜਾ ਅਸੀਂ ਉੱਥੇ ਵੇਖਿਆ ਕੋਈ ਟਰਾਮਾ ਪੇਸ਼ੈਂਟ ਵੇਖਿਆ ਕੋਈ ਢਿੱਡ ਪੀੜ ਲਈ ਵੇਖਿਆ ਹੋਊਗਾ ਕੋਈ ਐਸੇ ਵੇਖੇ ਜਿਨ੍ਹਾਂ ਦੀਆਂ ਬਾਹਾਂ ਵੱਡੀਆਂ ਗਈਆਂ ਇੱਕ ਯੂ ਨੋ ਪ੍ਰਵਿੰਦਰ ਸਿੰਘ ਹੈ ਜਿਨ੍ਹਾਂ ਦੀ ਬਾਹ ਹੀ ਪੂਰੀ ਵੱਡੀ ਗਈ ਸੀ ਉਹਨਾਂ ਨੂੰ ਵੇਖਿਆ ਸੋ ਫਰਮ ਹਾਰਟ ਅਟੈਕਸ ਟੂ ਸਟ੍ਰੋਕ ਟੂ ਯੂ ਨੋ ਕਿਸੇ ਦੀ ਬਾਹ ਵੱਡੀ ਗਈ ਕਿਸੇ ਦੀ ਲੱਤ ਵੱਡੀ ਗਈ ਕਿਸੇ ਦੇ ਸਿਰ ਪਾਟੇ ਸਿਰਾਂ ਦੇ ਟਾਂਕੇ ਲਾਏ ਰਾਤਾਂ ਰਾਤਾਂ ਨੂੰ ਉੱਠ ਕੇ ਯੂ ਨੋ ਸੋ ਜੇ ਕਿਸੇ ਦੀ ਮੌਤ ਹੋ ਜਾਂਦੀ ਸੀ ਕੋਈ ਉੱਥੇ ਸ਼ਹੀਦ ਹੋ ਜਾਂਦਾ ਸੀ ਉਹਨਾਂ ਦੇ ਵੀ ਫੋਨ ਸਾਨੂੰ ਹੀ ਹੋਣਾ ਅਦੀ ਰਾਤ ਨੂੰ ਬਈ ਇਹਨਾਂ ਦੀ ਵੇਖੋ ਕੀ ਹੋਇਆ ਹਨਾ ਸੋ ਬੜਾ ਟਫ ਟਾਈਮ ਹੈ ਤੁਸੀਂ ਸੋਚੋ ਤੁਸੀਂ ਰਾਤ ਨੂੰ ਸੁੱਤੇ ਹੋ 12 1 ਵਜੇ ਤੁਹਾਨੂੰ ਫੋਨ ਆਉਂਦਾ ਕਿ ਬਈ ਇਦਾਂ ਕਿਸਾਨ ਆ ਉਹ ਬੋਲਣ ਨਹੀਂ ਦਿਆ ਤੁਹਾਨੂੰ ਪਤਾ ਲੱਗ ਜਾਂਦਾ ਕੀ ਹੋਇਆ ਹਨਾ ਉਹ ਮਾਹੌਲ ਤੁਸੀਂ ਆਪਣੀ ਮੈਂਟਲ ਕਪੈਸਿਟੀ ਵੇਖੋ ਤੁਸੀਂ ਕਿੱਦਾਂ ਉੱਥੇ ਜਾਓਗੇ ਕਿੱਦਾਂ ਉਹਨਾਂ ਨੂੰ ਕਹੋਗੇ ਕਿ ਹਾਂ ਯਾਰ ਆਹ ਹੋ ਗਿਆ ਫਿਰ ਉਹਨਾਂ ਦੇ ਘਰਦਿਆਂ ਨੂੰ ਫੋਨ ਕਰੋਗੇ ਬਈ ਆ ਇੱਥੇ ਇਦਾਂ ਹੋ ਗਿਆ ਸੋ ਇੰਨਾ ਕੋਈ ਯੋ ਬਹੁਤ ਔਖਾ ਸੀ ਭਾਈ ਬਹੁਤ ਔਖਾ ਸੀ ਇੱਕ ਦਿਨ ਮੈਨੂੰ ਯਾਦ ਆ ਸੀ 6 ਲੋਕ 6 ਕਿਸਾਨ ਸ਼ਹੀਦ ਹੋਏ ਸੀ ਇੱਕੋ ਦਿਨ ਅੱਛਾ ਔਰ ਇਹ ਮਿਲਦਾ ਸਤੰਬਰ ਅਕਤੂਬਰ ਦੀ ਗੱਲ ਆ ਤਾਂ ਤੁਸੀਂ ਚੋ ਤੁਹਾਡੇ ਤੇ ਕੀ ਬੀਤਦੀ ਹੋ ਗਈ ਜਦੋਂ ਤੁਸੀਂ ਇੱਕ ਕਿਸਾਨ ਦੂਜੇ ਤੋਂ ਜਾਂਦੇ ਜੋ ਤੀਜੇ ਨੂੰ ਜਾ ਕੇ ਕਹਿੰਦੇ ਕਿ ਇਹ ਨਹੀਂ ਰਹਿ ਚੌਥੇ ਪੰਜਵੇਂ ਛੇਵੇਂ ਔਖਾ ਸੀ ਪਰ ਗੱਲ ਸਿਰਫ ਮੈਡੀਕਲ ਪ੍ਰੈਕਟਿਸ ਤੱਕ ਸੀਮਿਤ ਨਹੀਂ ਰਹੀ ਮੈਂ ਸਮਝਦਾ ਕਿ ਤੁਸੀਂ ਜਿਹੜਾ ਗਟਰ ਸਾਫ ਕਰਨ ਲੱਗ ਪਏ ਸੀ 블럭 ਹੋਏ ਗਟਰਸਾਨ ਉਥੇ ਬਹੁਤ ਬਦਬੂ ਆਉਂਦੀ ਸੀ ਉਹ ਕੀ ਸੀ ਕਿੰਨੇ ਦਿਨ ਲੱਗੇ ਉਥੇ ਦੇਖੋ ਤੁਸੀਂ ਵੀ ਇਥੇ ਪ੍ਰੋਟੈਸਟ ਵੇਖਿਆ ਟਰੱਕਰਸ ਪ੍ਰੋਟੈਸਟ ਸੀ ਨਾ ਜਿੱਥੇ ਸਰਕਾਰ ਨੇ ਆਗੇ ਬਾਅਦ ਤੋਂ ਉਹਨਾਂ ਨੂੰ ਆਈ ਥਿੰਕ ਕੱਢਿਆ ਕੱਢਣਾ ਪਿਆ ਬਟ ਇੱਕ ਉਹ ਐਸੀ ਸਿਚੁਏਸ਼ਨ ਬਣ ਗਈ ਕਿ ਜਿਹੜੇ ਤੁਹਾਡੇ ਲੋਕਲ ਸੀ ਉਹੀ ਸ਼ਾਇਦ ਉਹਨਾਂ ਦੇ ਖਿਲਾਫ ਹੋ ਗਏ ਮੈਨੂੰ ਮੈਨੂੰ ਜਿਆਦਾ ਨਹੀਂ ਪਰ ਜੋ ਮੈਨੂੰ ਮੈਨੂੰ ਮੈਂ ਨੋਟਿਸ ਕੀਤਾ ਕਿ ਜਿਹੜੇ ਤੁਹਾਡੇ ਲੋਕਲ ਆਵਾਮ ਸੀ ਉਹ ਕਹਿੰਦੇ ਕਿ ਨਹੀਂ ਯਾਰੇ ਬੰਦੇ ਸਾਨੂੰ ਖਰਾਬ ਕਰਨਦੇ ਆ ਹੁਣ ਉਹ ਹੀ ਦਿੱਲੀ ਚ ਚਲ ਜੋ ਦਿੱਲੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਲੰਗਰ ਸ਼ਕਾਇ ਉਹਨਾਂ ਨੇ ਗਟਰ ਸਾਫ਼ ਕੀਤੇ ਦਵਾਈਆਂ ਦਿੱਤੀਆਂ ਵੈਕਸੀਨਾਂ ਲਵਾਈਆਂ ਉਹਨਾਂ ਨੇ ਉੱਥੇ ਸਕੂਲ ਪਾਸ਼ਾ ਅੱਲਾਹ ਖੁਦ ਹੋਲੇ ਲਾਇਬ੍ਰੇਰੀਆਂ ਖੋਲ੍ਹੀਆਂ ਸਕੂਲ ਖੋਲੇ ਸੋ ਉਹਨਾਂ ਨੂੰ ਜਿਹੜੀ ਉੱਥੋਂ ਦੀ ਆਵਾਮ ਹੈ ਉਹਨਾਂ ਨੇ ਪਿਆਰ ਕੀਤਾ ਸੋ ਆ ਜਿਹੜਾ ਕੰਮ ਕੀਤਾ ਪਹਿਲੀ ਗੱਲ ਤੇ ਵੇਖੋ ਡੈਂਗੂ ਮਲੇਰੀਆ ਉੱਥੇ ਹੈਗਾ ਦੋ ਦੋ ਮੇਰੇ ਟੀਮ ਮੇਟਸ ਨੂੰ ਡੈਂਗੂ ਹੋਇਆ ਸੀ ਉੱਥੇ ਸੋ ਸਾਨੂੰ ਪਤਾ ਸੀ ਡੈਂਗੂ ਦਾ ਜਿਹੜਾ ਸੀਜ਼ਨ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਆਪਣੇ ਦਿੱਲੀ ਵਾਲ ਏਰੀਆ ਤੇ ਮਲੇਰੀਆ ਬਹੁਤ ਖਤਰਨਾਕ ਹੈ ਤੇ ਜਿਹੜੇ ਗਟਰ ਸੀ ਉਹ ਬਲੌਕ ਸੀ ਬਲੌਕ ਹੋ ਗਈ ਸੀ ਉਦੋਂ ਸੈਡਲੀ ਇੱਕ ਥਾਂ ਤੇ ਐਸ ਸੀ ਸੀ ਜਿੱਥੇ ਕੰਕਰੀਟ ਸੁੱਟੀ ਗਈ ਸੀ ਘਟਨਾ ਜਦੋਂ ਅੰਦੋਲਨ ਸ਼ੁਰੂ ਹੋਇਆ ਪਰ ਮੈਨੂੰ ਨਹੀਂ ਮੈਂ ਉਹ ਕੁਝ ਕਹਿਣਾ ਨਹੀਂ ਚਾਹੁੰਦਾ ਕਿੰਨੇ ਸੁੱਟੀ ਕੀ ਸੁੱਟੀ ਕੀ ਉਹਨਾਂ ਨੇ ਸਮਝ ਗਏ ਸੁੱਟੀ ਬਟ ਲਿਟਰਲੀ ਗਟਰ ਬਲੌਕ ਕੀਤਾ ਗਿਆ ਸੀ ਉਹ ਕੰਕਰੀਟ ਵੀ ਕੱਢੀ ਜੀ ਸੀ ਬੀ ਆ ਨਾਲ ਕੰਕਰੀਟ ਕੱਢੀ ਤੋੜੀ ਭੰਨੀ ਨਾਲ ਗਾਟਰ ਸਾਫ ਕੀਤੇ ਉਹਨਾਂ ਵਿੱਚ ਸਾਡੇ ਨਿਹੰਗ ਸਿੰਘ ਵੀ ਸੀ ਮੌਜੂਦ ਸੀ ਬਹੁਤ ਵੱਡੀ ਟੀਮ ਸੀ ਜਿਨ੍ਹਾਂ ਨੇ ਯੋਗਦਾਨ ਕੀਤਾ ਹਨ ਅਗੇਨ ਇੱਕ ਮਹੀਨੇ ਤੋਂ ਵੱਧ ਵੱਧ ਟਾਈਮ ਲੱਗਾ ਆਪ ਵੜ ਵੜ ਕੇ ਅਸੀਂ ਸਰਕਾਰਾਂ ਕੋ ਮਸ਼ੀਨਾਂ ਵੀ ਮੰਗੀਆਂ ਸਰਕਾਰਾਂ ਨੇ ਮਸ਼ੀਨਾਂ ਨਹੀਂ ਦਿੱਤੀਆਂ ਸਰਕਾਰਾਂ ਨੂੰ ਗਾਟਰ ਸਾਫ ਕਰ ਲੈ ਉੱਥੇ ਬੰਦੇ ਵੀ ਬੁਲਾਉਂਦੇ ਰਹੇ ਪਰ ਜਿਹੜੀ ਲੋਕਲ ਜਿਹੜੀ ਅਥਾਰਟੀ ਸੀ ਉਹਨਾਂ ਨੇ ਡਰਾ ਕੇ ਤੇ ਕਿਹਾ ਕਿ ਨਹੀਂ ਤੁਸੀਂ ਨਹੀਂ ਕਰ ਸਕਦਾ ਫਿਰ ਕਹੇ ਫਿਰ ਆਪੇ ਕਰਾਂਗੇ ਇਹ ਟਿਕਰੀ ਦੀ ਸਟੇਜ ਵਾਲਿਆਂ ਨੂੰ ਕਿਹਾ ਕਿ ਭਈ ਤਾਂ ਨਾਲ ਚੱਲੋ ਪੁਲਿਸ ਸਟੇਸ਼ਨ ਵੀ ਗਏ ਉੱਥੋਂ ਦਾ ਜਿਹੜਾ ਸ਼ਾਇਦ ਐਸ ਡੀ ਐਮ ਸੀ ਉਹਨੂੰ ਵੀ ਮਿਲੇ ਬਟ ਜਦੋਂ ਕਿਸੇ ਨੇ ਕਿਹਾ ਕਿ ਨਹੀਂ ਨਾ ਫਿਰ ਕਹੇ ਕੋਈ ਗੱਲ ਨਹੀਂ ਫਿਰ ਅਸੀਂ ਆਪ ਹੀ ਕਰਾਂਗੇ ਅਸੀਂ ਸਾਰੇ ਇੱਥੇ ਟੈਲੀਵਿਜ਼ਨ ਤੇ ਸਾਰੇ ਅੰਦੋਲਨ ਦੀ ਕਾਰਵਾਈ ਦੇਖਦੇ ਰਹੇ ਜਿਹੜੀ ਗਰਾਊਂਡ ਲੈਵਲ ਤੇ ਤੁਸੀਂ ਉੱਤੇ ਹੰਡਾਈ ਉੱਤੇ ਰਹਿ ਕੇ ਤੰਬੂਆਂ ਦੇ ਵਿੱਚ ਬਜ਼ੁਰਗ ਮਾਤਾਵਾਂ ਬਜ਼ੁਰਗ ਉੱਤੇ ਬੈਠੇ ਸਨ ਪੰਜਾਬ ਦੇ ਮਿਲਟਰੀ ਕਈ ਮੁੰਡੇ ਉੱਥੇ ਆਏ ਮਨਿੰਗ ਸਿੰਘ ਉੱਥੇ ਸੀਗੇ ਕਿਵੇਂ ਤਜਰਬੇ ਨੂੰ ਤੁਸੀਂ ਹੁਣ ਵੇਖ ਜੋ ਤੁਹਾਡੇ ਚੇਤੇ ਆਉਂਦਾ ਮੇਰੇ ਕੋ ਮੇਰੇ ਲਈ ਤੇ ਇੱਕ ਲਾਈਫ ਚੇਂਜਿੰਗ ਐਕਸਪੀਰੀਅੰਸ ਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਦੋਂ ਤੁਸੀਂ ਇੱਕ ਇੱਕ ਦਿਨ 'ਚ 6 ਲੋਕਾਂ ਨੂੰ ਸ਼ਹੀਦ ਕਰਾਰ ਕਰਦੇ ਹੋ ਕੀ ਨਹੀਂ ਰਹੇ ਉਹਨਾਂ ਦੇ ਪਰਿਵਾਰਾਂ ਨਾਲ ਟੈਲੀਫੋਨ ਤੇ ਗੱਲ ਕਰਦੇ ਹੋ ਉਹਨਾਂ ਨੂੰ ਦੱਸਦੇ ਹੋ ਕਿ ਆਹ ਹੋ ਗਿਆ ਇੱਥੇ ਤੁਸੀਂ ਉਹ ਸੇਮ ਪਰਸਨ ਤੇ ਰਹਿੰਦੇ ਨਹੀਂ ਸੋ ਜਿਹੜਾ ਮੈਂ ਗਿਆ ਸੀ ਆ ਮੈਂ ਉਤੋਂ ਬਹੁਤ ਚੇਂਜ ਹੋ ਕੇ ਵਾਪਸ ਆਇਆ ਮੇਰੀ ਲਾਈਫ ਦਾ ਜਿਉਣ ਦਾ ਤਰੀਕਾ ਬਦਲ ਗਿਆ ਕਹ ਲਓ ਜਿਹੜੇ ਗੋਲ ਸੀ ਉਹ ਵੀ ਕਿਤੇ ਨਾ ਕਿਤੇ ਹੱਦ ਤੱਕ ਚੇਂਜ ਹੋ ਗਏ ਆ ਸੋ ਇੱਕ ਵੱਡਾ ਐਕਸਪੀਰੀਅੰਸ ਸੀ ਲੋਕਾਂ ਚ ਰਹਿਣਾ ਔਰ ਯੂ نو ਦੋਪਰਾ ਇਕੱਠੇ ਰਹਿਣਾ ਔਖੀ ਆ ਸੋਚਦਾ ਬੜਾ ਡਿਫਰੈਂਸ ਆ ਜਾਂਦਾ ਸੋ ਉੱਥੇ ਬੜੀ ਤਰ੍ਹਾਂ ਦੀ ਸੋਚ ਸੀ ਜਿਨ੍ਹਾਂ ਨਾਲ ਤੁਸੀਂ ਐਡਜਸਟ ਕਰਦੇ ਹੋ ਜਿਨ੍ਹਾਂ ਨਾਲ ਕੋਈ ਬਿਕਾਜ਼ ਤੁਹਾਨੂੰ ਪਤਾ ਹੁੰਦਾ ਕਿ ਤੁਹਾਡਾ ਐਂਡ ਗੋਲ ਸੇਮ ਆ ਸੋ ਉਹ ਜਸਟ ਉਹ ਜਿਹੜੀ ਸੋਚ ਨੂੰ ਇੱਕ ਉਹਦੀ ਸੋਚ ਸਮਝਣਾ ਆਪਣੀ ਸੋਚ ਉਹਨੂੰ ਦੱਸਣਾ ਫਿਰ ਇੱਕ ਕਾਮਨ ਪੁਆਇੰਟ ਤੇ ਕਹਿਣਾ ਹਾਂ ਯਾਰ ਇਹ ਤੇ ਆਪਾਂ ਗਰੀ ਕਰਦੇ ਆ ਚਲੋ ਆਪਾਂ ਬੈ ਕੇ ਇਕੱਠੇ ਇਦਾਂ ਕਰੀਏ ਸੋ ਉਹ ਚੀਜ਼ ਕਰਨੀਆ ਹਨਾ ਬਾਕੀ ਡੇ ਟੂ ਡੇ ਜਿਹੜੀ ਸਰਵਿਸ ਸੀ ਉਹਨੂੰ ਬਰਕਰਾਰ ਰੱਖਣਾ ਸਾਨੂੰ ਜਿਆਦਾ ਡਰ ਨਹੀਂ ਉੱਥੇ ਆਉਂਦਾ ਸੀ ਡਰ ਜਿਆਦਾ ਆਪਣੇ ਤੋਂ ਆਉਂਦਾ ਸੀ ਜਿਹੜੇ ਸਾਡੇ ਚ ਆ ਕੇ ਬੈੰਦੇ ਸੀ ਸਾਡੇ ਵਰਗੇ ਲੱਗਦੇ ਸੀ ਬੋਲੀ ਵੀ ਸਾਡੀ ਬੋਲਦੇ ਸੀ ਪਰ ਸਾਡੇ ਵਿੱਚ ਰਹਿ ਕੇ ਦੂਜੇ ਪਾਰਟੀ ਦਾ ਕੰਮ ਕਰਦੇ ਸੀ ਕਹ ਲਓ ਕਿ ਸਾਡੇ ਉਲਟ ਕੰਮ ਕਰਦੇ ਉਹਨਾਂ ਤੋਂ ਡਰ ਲੱਗਦਾ ਸੀ ਉਹਨਾਂ ਤੋਂ ਜ਼ਿਆਦਾ ਡਰ ਕਿਉਂਕਿ ਦੁਸ਼ਮਣ ਤੇ ਤੁਹਾਡੇ ਸਾਹਮਣੇ ਖੜਾ ਉਹਦੇ ਸਾਨੂੰ ਪਤਾ ਹੀ ਬਈ ਆਹ ਸਾਡਾ ਦੁਸ਼ਮਣ ਆ ਐਨੇ ਸਾਡੇ ਤੇ ਕਿਦਾਂ ਅਟੈਕ ਕਰ ਸਕਦਾ ਉਹ ਲਈ ਅਸੀਂ ਬਚੇ ਸਾਂ ਪਰ ਜਿਹੜੇ ਇਹ ਸੀ ਜਿਹੜੇ ਕੁਛ ਜਿਹੜੇ ਜਿਹੜੇ ਸਾਡੇ ਹੀ ਪੇਸਾ 'ਚ ਬੈਠੇ ਸਾਨੂੰ ਸਾਡਾ ਹੀ ਕਹ ਲਓ ਕਿ ਮਿੱਟੀ ਪ੍ਰੀਤ ਕਰਨਦੇ ਸੀ ਉਹਨਾਂ ਦਾ ਥੋੜਾ ਜਿਹਾ ਔਖਾ ਸੀ ਬਟ ਸਾਰਾ ਕੋਲ ਚੜਦੀ ਗਲਜ ਰਿਆ ਅੰਦੋਲਨ ਵੇਖੋ ਪੰਜਾਬ ਤੋਂ ਬਾਹਰ ਹੋਇਆ ਅੰਦੋਲਨ ਜਿੱਤਿਆ ਕੋਈ ਛੋਟੀ ਗੱਲ ਨਹੀਂ ਇਕੱਠੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕਿਸਾਨਾਂ ਨੇ ਕੋਈ ਐਸੇ ਲੋਕ ਜਿਹੜੇ ਕਿਸੇ ਵੀ ਤੁਹਾਨੂੰ ਚ ਵਿਸ਼ਵਾਸ ਨਹੀਂ ਕਰਦੇ ਹੋਣਗੇ ਉਹਨਾਂ ਨੇ ਵੀ ਜਿਹੜੇ ਕੁਝ ਆਪਣੀ ਸੋਚ ਰੱਖਦੇ ਨੂੰ ਉਹਨਾਂ ਨੇ ਵੀ ਇਕੱਠੇ ਹੋ ਕੇ ਇਹ ਵੱਡਾ ਅੰਦੋਲਨ ਇੱਕ ਹਿਸਟੋਰੀਕਲ ਅੰਦੋਲਨ ਔਰ ਕਿੱਦਾਂ ਜਿੱਤਿਆ ਉਹ ਸਾਰੀ ਦੁਨੀਆ ਦੀ ਲਈ ਮਿਸਾਲ ਹੈ ਜਿਹੜੀ ਤੁਸੀਂ ਦੱਸਦੇ ਹੋ ਕਿ ਕੁਝ ਲੋਕ ਇਹੋ ਜਿਹੇ ਸਨ ਜਿਹੜੇ ਖਤਰਾ ਬਣ ਸਕਦੇ ਸੀ ਜਿਹੜਾ ਸਰੀਏ ਦਾ ਲੰਗਰ ਲਾਇਆ ਤੁਸੀਂ ਉਹ ਲਠਾਂ ਕਟ-ਕਟ ਕੇ ਦਿੱਤੀਆਂ ਉਹ ਇਸੇ ਗੱਲ ਤੋਂ ਪ੍ਰਭਾਵਿਤ ਹੋਏ ਸੀ ਨਹੀਂ ਉਹ ਵੇਖੋ ਉਹਦਾ ਇਹ ਸੀ ਅਸੀਂ ਕਿਸੇ ਤੇ ਸਾਡੇ ਲਈ ਸਾਡੇ ਲਈ ਇੱਕ ਸੂਲ ਆ ਅਸੀਂ ਕਦੀ ਪਹਿਲਾਂ ਕਿਸੇ ਦਾ ਅਟੈਕ ਨਹੀਂ ਕਰਦੇ ਹਨਾ ਇਹ ਇੱਕ ਹਿਸਾਬ ਦਾ ਸਾਡੀ ਸਾਨੂੰ ਇੱਕ ਦੱਸਿਆ ਗਿਆ ਕਿ ਤੁਹਾਡਾ ਤਰੀਕਾ ਕੀ ਆ ਬਟ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਸੋ ਟਾਈਮ ਐਸਾ ਸੀ ਉਹ ਟਾਈਮ ਐਸਾ ਸੀ ਕਿ ਉੱਥੇ ਜੇ ਤੁਸੀਂ ਲੋਕਾਂ ਦੇ ਮੂੰਹ ਵੇਖੋ ਨਾ ਕਿ ਸਾਡੇ ਨਾਲ ਹੋ ਕੀ ਗਿਆ ਕਿ ਸਾਡੇ ਨਾਲ ਹੋ ਕੀ ਸਕਦਾ ਇੱਕ ਵਾਰੀ ਤੇ ਐਸਾ ਸੀ ਕਿ ਆਲਮੋਸਟ 200 ਤੋਂ ਵੱਧ ਉੱਥੇ ਜਿਹੜੇ ਕੋਈ ਇੱਕ ਕਹ ਲੋ ਕਿ ਇੱਕ ਜਥੇਬੰਦੀ ਦੇ ਬਾਹਰਲੀ ਜਥੇਬੰਦੀ ਦੇ ਲੋਕ ਪਿਸਤੌਲ ਟੰਗੇ ਹੋਏ ਸਾਡੇ ਉੱਥੇ ਅੰਦੋਲਨ 'ਚ ਆ ਗਏ। ਇੱਕ ਸਿਆਣੇ ਬੰਦੇ ਨੇ ਸਾਡੀ ਟੀਮ ਨੇ ਜਾ ਕੇ ਅਨਾਉਂਸਮੈਂਟ ਕਰਤੀ ਗੁਰਦੁਆਰਾ ਸਾਹਿਬ ਕੀ ਭਈ ਇਦਾਂ ਡਾਕਟਰ ਨੂੰ ਮਾਰਨ ਆ ਗਿਆ ਆਰਐਸਐਸ ਦੇ ਬੰਦੇ। ਉੱਥੇ 4-5 ਹਜ਼ਾਰ ਬੰਦਾ ਟਿਕਰੀ ਬਾਰਡਰ ਮਿੰਟੋ ਮਿੰਟੀ ਇਕੱਠਾ ਹੋ ਗਿਆ। ਉਹ ਉੱਥੋਂ ਭੱਜ ਗਏ। ਉਧਰ ਕੁਝ ਵੀ ਹੋ ਸਕਦਾ ਹੁਣ। ਸੋ ਐਸਾ ਮਾਹੌਲ ਸੀ। ਸੋ ਉੱਥੇ ਫਿਰ ਉਦੇ ਹਿਸਾਬ ਨਾਲ ਰਹਿਣਾ ਪੈਂਦਾ ਸੀ ਸੋ ਜਿਹੜੇ ਹਿਸਾਬ ਦਾ ਮਾਹੌਲ ਉਹਦੇ ਹਿਸਾਬ ਨਾਲ ਫਿਰ ਜਿਹੜਾ ਲੰਗਰ ਆ ਉਹਦੇ ਹਿਸਾਬ ਨਾਲ ਲੱਗਣਾ ਤੇ ਸੈਲਫ ਸੈਲਫ ਡਿਫੈਂਸ ਲਈ ਸੀ ਕਿਸੇ ਨੂੰ ਝੋਟ ਪਹੁੰਚਾਉਣਾ ਨਹੀਂ ਕਿਸੇ ਨੂੰ ਮਾਰਨਾ ਨਹੀਂ ਸਾਡਾ ਕੰਮ ਮੈਡੀਸਨ ਦਾ ਸੀ ਮੈਡੀਕਲ ਦਾ ਸੀ ਬਟ ਸਾਨੂੰ ਇਹ ਵੀ ਉੱਥੇ ਮੈਡੀਕਲ ਦੇ ਨਾਲ ਇਹ ਵੀ ਵੇਖਣਾ ਪੈਣਾ ਕਿ ਜਿਹੜੇ ਸਾਡੇ ਬਜ਼ੁਰਗ ਆ ਸਾਡੇ ਲੋਕ ਆ ਕਿਤੇ ਉਹਨਾਂ ਦੇ ਉੱਪਰ ਕੋਈ ਅਟੈਕ ਨਾ ਕਰ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਦਵੇ ਸੋ ਉਹਦੇ ਲਈ ਸਭ ਕੁਝ ਕਰਨਾ ਪੈਂਦਾ ਅਜਾ ਡਾਕਟਰ ਸਾਹਿਬ ਫਿਰ ਜਦੋਂ ਅੰਦੋਲਨ ਜਿੱਤ ਲਿਆ ਉਸ ਤੋਂ ਬਾਅਦ ਇਹ ਵੀ ਗੱਲ ਚੱਲੀ ਕਿ ਉਮ ਡਾਕਟਰ ਸੁਮਨ ਸਿੰਘ ਨੂੰ ਟਿਕਟ ਦਿੱਤੀ ਜਾਏ ਤੇ ਐਮਐਲਏ ਦੀ ਇਲੈਕਸ਼ਨ ਚ ਖੜਾ ਕੀਤਾ ਜਾਏ ਇਹ ਡਿਸਕਸ਼ਨ ਕਿਵੇਂ ਰਹੀ ਤੇ ਤੁਸੀਂ ਫਿਰ ਇਹ ਫੈਸਲਾ ਕਿਉਂ ਲਿਆ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਹਾਂਜੀ ਸੋ ਵੇਖੋ ਇਲੈਕਸ਼ਨ ਲੜਨਾ ਕੋਈ ਪ੍ਰੋਬਲਮ ਨਹੀਂ ਆ ਲੜ ਔਰ ਮੈਂ ਫੀਲ ਕਰਦਾ ਜੇ ਮੈਂ ਕਿਸੇ ਨੂੰ ਕਹਿ ਸਕਦਾ ਤੂੰ ਇਲੈਕਸ਼ਨ ਲੜ ਤੇ ਮੈਂ ਆਪ ਵੀ ਇਲੈਕਸ਼ਨ ਲੜ ਸਕਦਾ ਸੋ ਇੱਥੇ ਕੋਈ ਵੱਡੀ ਗੱਲ ਨਹੀਂ ਕਿ ਜੇ ਮੈਂ ਕਿਸੇ ਨੂੰ ਕਹਿ ਸਕਦਾ ਮੈਂ ਆਪ ਵੀ ਲੜ ਸਕਦਾ ਐਸੀ ਗੱਲ ਨਹੀਂ ਬਟ ਮੇਰੇ ਮਨ ਵਿੱਚ ਪ੍ਰੋਬਲਮ ਕੀ ਆਈ ਉਸ ਟਾਈਮ ਤੇ ਮੈਨੂੰ ਪਰਸਨਲੀ ਮੈਂ ਫੀਲ ਕੀਤਾ ਕਿ ਮੈਂ ਦੇਸ਼ ਛੱਡ ਕੇ ਗਿਆ ਸੀ ਇੱਕ ਪ੍ਰੋਮਿਸ ਦੇ ਨਾਲ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਲੋਕਾਂ ਨੂੰ ਕਿ ਮੈਂ ਉੱਥੇ ਸਰਵ ਕਰਨ ਚੱਲਿਆ ਕਿ ਮੈਂ ਉੱਥੇ ਕਿਸਾਨੀ ਅੰਦੋਲਨ ਨਹੀਂ ਚੱਲਿਆ ਸੇਵਾ ਲਈ ਚੱਲਿਆ ਤੇ ਜੇ ਮੈਂ ਆਹ ਸਟੈਪ ਲੈ ਲੈਂਦਾ ਨਾ ਫਿਰ ਉਹ ਕਿਤਨਾ ਕਿਤੇ ਆਪਣੇ ਆਪ ਨਾਲ ਧੋਖਾ ਹੋ ਜਾਂਦਾ ਤੇ ਫਿਰ ਉਹ ਠੀਕ ਨਹੀਂ ਲੱਗਦਾ ਸਾਡੇ ਬੱਚੇ ਜਿਹੜੇ ਕਿਤੇ ਮੈਨੂੰ ਸੋਚਦੇ ਹੋਣਗੇ ਕਿ ਮੈਂ ਇਹਦੇ ਵਾਂਗੂ ਡਾਕਟਰ ਬੰਨਾ ਹਨਾ ਉਹਨਾਂ ਲਈ ਉਹ ਠੀਕ ਨਹੀਂ ਹੋਊਗਾ ਜੇ ਇਲੈਕਸ਼ਨ ਲੜਨਾਗੇ ਤੇ ਫਿਰ ਦੱਸ ਕੇ ਆਉਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਆਹ ਕੰਮ ਲਈ ਆਏ ਆ ਆਹ ਕਰ ਸਾਡਾ ਕੰਮ ਆ ਆਹ ਕੰਮ ਹੀ ਕਰਨਾ ਆਹ ਕੰਮ ਹੀ ਕਰਨ ਆਏ ਆ ਸੋ ਮੈਂ ਉਹ ਮੇਰੇ ਲਈ ਇੱਕ ਪ੍ਰਾਇਮਰੀ ਬੇਸ ਸੀ ਕਿ ਨਹੀਂ ਆਪ ਨਹੀਂ ਲੜਨਾ ਅਨਲੈਸ ਮਜਬੂਰਨ ਕੋਈ ਐਸੀ ਸਥਿਤੀ ਬਣ ਜੇ ਜਿੱਥੇ ਕਿ ਮੈਨੂੰ ਲੱਗਦਾ ਕਿ ਨਹੀਂ ਯਾਰ ਮੈਨੂੰ ਆਉਣਾ ਹੀ ਪੈਣਾ ਕਿ ਕਿ ਵੀ ਅਸਿੱਤੀ ਬਣ ਜਾਂਦੀ ਹੈ ਕਿ ਲੋਕ ਇੰਨੀ ਜਿਆਦਾ ਤੁਹਾਡਾ ਹੁੰਦਾ ਜਿਹੜੇ ਤੁਹਾਡੇ ਨਾਲ ਖਲੋਤੇ ਆ ਕਿ ਯਾਰ ਤੁਸੀਂ ਯਾਰ ਐ ਨਹੀਂ ਕਿ ਜੇ ਸਾਨੂੰ ਧੱਕਾ ਦੇਜੋ ਤੇ ਆਪ ਵੀ ਧੱਕੋ ਹਨਾ ਉਹ ਉਹ ਸਥਿਤੀ ਬਣੀ ਨਹੀਂ ਫਿਰ ਸੋ ਆਈ ਫੈਲਡ ਕਿ ਮੈਨੂੰ ਔਰ ਮੈਂ ਲੱਕੀਆ ਕਿ ਮੈਨੂੰ ਮੈਂ ਆਪਣੇ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰ ਪਾਇਆ ਪਰ ਜਿਹੜੇ ਲੋਕ ਖਲੋਤੇ ਸੀ ਜਿਹੜੇ ਨੌਜਵਾਨ ਜਿਹੜੇ ਬੱਚੇ ਉੱਥੇ ਖਲੋਤੇ ਸੀ ਜਿਨ੍ਹਾਂ ਨੇ ਹਿੰਮਤ ਮਾਰੀ ਜਿਹੜੇ ਕਹ ਲੋ ਕਿ ਜਿੰਨਾ ਹਿੰਮਤੀ ਸੀ ਆਪਣੀਆਂ ਜੋਬਾਂ ਛੱਡ ਕੇ ਕਿ ਅਸੀਂ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਆ ਜਿਹੜੇ ਉਹ ਖਲੋਤੇ ਸੀ ਉਹਨਾਂ ਦੀ ਮੈਂ ਫੁੱਲ ਸਪੋਰਟ ਕੀਤੀ ਹੋ ਡਾਕਟਰ ਵਖੀਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਅੱਜ ਕੀ ਕਹਿਣਾ ਚਾਹੋਗੇ ਆਈ ਥਿੰਕ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਕੋਈ ਪੰਜਾਬੀ ਖੇਲੋਂਦਾ ਜੇ ਕੋਈ ਪੰਜਾਬੀ ਖੇਲੋਤਾ ਜਿਹੜੇ ਖਾਸ ਕਰਕੇ ਜੇ ਕੋਈ ਬੱਚੇ ਖੇਲੋਤੇ ਆ ਅੱਜ ਪੰਜਾਬ ਕੋ ਆਮ ਆਦਮੀ ਪਾਰਟੀ ਵੀ ਹੈਗੀ ਆ ਪੁਰਾਣੀਆਂ ਕਾਂਗਰਸ ਤੇ ਅਕਾਲੀ ਵੀ ਹੈਗੇ ਆ ਤੇ ਆਮ ਆਦਮੀ ਪਾਰਟੀ ਨੂੰ ਵੀ ਰੈਡੀ ਹੋਣਾ ਚਾਹੀਦਾ ਕਿ ਜੇ ਕੱਲ ਕੁਝ ਗਲਤ ਹੁੰਦਾ ਤੇ ਇੱਕ ਹੋਰ ਲੋਗ ਇੱਕ ਨੌਜਵਾਨ ਖਲੋਤੇ ਨ ਇੱਕ ਨੌਜਵਾਨ ਪੀੜ੍ਹੀ ਖਲੋਤੀ ਆ ਪਰ ਤੁਸੀਂ ਵੇਖੇਗਾ ਜਿਹੜਾ ਟੀਵੀ ਤੇ ਅਸੀਂ ਵੇਖ ਰਹੇ ਆ ਇੱਕ ਜਿਹੜਾ ਕੇਸ ਬਾਹਰ ਆਇਆ ਉਹਦੇ ਵਿੱਚ ਉਹਦੇ ਨਾਲ ਕਾਫੀ ਦਰਦ ਹੋਇਆ ਲੋਕਾਂ ਦੇ ਵਿੱਚ ਪੇਨ ਹੋਈ ਕਿ ਅਸੀਂ ਯਾਰ ਕੀ ਕੀ ਚੁਣਿਆ ਸੀ ਕੀ ਸੋਚ ਕੇ ਚੁਣਿਆ ਸੀ ਅੱਜ ਕੀ ਹੋ ਗਿਆ ਫਿਰ ਉਹ ਹੀ ਦਰਦ ਦੁਬਾਰਾ ਫੀਲ ਕੀਤਾ ਪੰਜਾਬੀਆਂ ਨੇ ਸੋ ਆਈ ਥਿੰਕ ਆਮ ਆਦਮੀ ਪਾਰਟੀ ਨੂੰ ਇਹ ਚੀਜ਼ ਦਾ ਧਿਆਨ ਰਿਸ਼ਵਤਖੋਰੀ ਦਾ ਕੇਸ ਹਾਂਜੀ ਰਿਸ਼ਵਤਖੋਰੀ ਦਾ ਇੱਕ ਇਹ ਚੀਜ਼ ਹੈ ਜਦ ਅਸੀਂ ਇਲੈਕਸ਼ਨਾਂ 'ਚ ਇਹੋ ਗੱਲਾਂ ਕਰਦੇ ਆਏ ਹਾਂ ਨਾ ਕਿ ਜਦੋਂ ਲੋਕ ਸਾਨੂੰ ਕਹਿੰਦੇ ਕਿ ਬਈ ਤੂੰ ਆਮ ਆਦਮੀ ਪਾਰਟੀ ਨਾਲ ਕਿਉਂ ਨਹੀਂ ਰਲਦੇ ਇਹੋ ਜਵਾਬ ਦਿੱਤਾ ਸੀ ਨਾ ਕਿ ਬਈ ਇਹਨਾਂ ਦੇ ਕੁਝ ਕੈਂਡੀਡੇਟ ਆ ਜਿਹੜੇ ਨਹੀਂ ਠੀਕ ਜੇ ਉਹਨਾਂ ਨੂੰ ਬਦਲ ਦਿੰਦੇ ਆ ਤਾਂ ਅਸੀਂ ਸੋਚ ਸਕਦੇ ਆ ਪਰ ਉਦੋਂ ਫਿਰ ਲੋਕਾਂ ਨੇ ਸਾਨੂੰ ਅਟੈਕ ਕੀਤਾ ਬਾਈ ਤੁਸੀਂ ਆਏ ਕਿਉਂ ਕੀਤਾ ਕਿਉਂ ਪਰ ਅੱਜ ਉਹ ਤੁਹਾਡੇ ਸਾਹਮਣੇ ਆ ਕਿੰਨੇ ਉਹਨਾਂ ਦੇ ਤ ਉਹ ਉਹ ਆਤਾਂ ਬਦਲ ਨਹੀਂ ਆਣੀ ਆ ਜਿਨ੍ਹਾਂ ਨੇ ਕਰੋੜਾਂ ਦੇ ਕੇ ਟਿਕਟਾਂ ਲਈਆਂ ਉਹ ਨਹੀਂ ਬਦਲਣਾ ਸੋ ਅੱਜ ਵੀ ਆਈ ਥਿੰਕ ਪਾਰਟੀ ਵਿੱਚ ਚੰਗੇ ਲੋਕ ਹੈਗੇ ਆ ਅਸੀਂ ਉਹਨਾਂ ਨੂੰ ਗੁੱਡ ਲੱਕ ਕਵਾਂਗੇ ਉਹ ਗੁੱਡ ਲੱਕ ਵਾਲੇ ਉਹ ਵਧੀਆ ਕੰਮ ਕਰਨ ਪਰ ਜਿਹੜੀਆਂ ਗੱਲਾਂ ਅਸੀਂ ਕਰਦੇ ਸਾਂ ਅੱਜ ਤੁਹਾਡੇ ਸਾਹਮਣੇ ਆ ਤੇ ਬਾਕੀ ਚਲੋ ਬਾਕੀ ਅੱਗੇ ਪ੍ਰਮਾਤਮਾ ਡਾਕਟਰ ਸੁਮੇਰ ਮਾਨ ਸਿੰਘ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਗੁੱਡ ਲੱਕ ਟੂ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ